ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸੰਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਅਕਾਲੀਆਂ ਦੀ ਜਿਹੜੀ ਸਥਿਤੀ ਹੈਗੀ ਆ ਉਹ ਆਪਾਂ ਸਾਰੇ ਜਣੇ ਸਮਝਦੇ ਆ ਕਿ ਇਸ ਵੇਲੇ ਤਿੰਨ ਸੀਟਾਂ ਦੇ ਉੱਪਰ ਸਵਿੰਟ ਕਰਿਆ ਗਿਆ ਹੈ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਲਈ ਆ ਆਪਾਂ ਸਾਰੇ ਜਣੇ ਇਸ ਗੱਲ ਨੂੰ ਸਮਝਦੇ ਆ ਭਈ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਵਿੱਚ ਕਿੱਦਾਂ ਬਣੀ ਪੰਜਾਬ ਦੇ ਲੋਕ ਬਹੁਤ ਹੀ ਜ਼ਿਆਦਾ ਅੱਕੇ ਹੋਏ ਸਗੇ ਤੇ ਬਹੁਤ ਹੀ ਜ਼ਿਆਦਾ ਥੱਕੇ ਹੋਏ ਸਗੇ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਭਾਈਚਾਰਾ ਇਹ ਮਹਿਸੂਸ ਕਰਦਾ ਸੀਗਾ ਕਿ ਅਕਾਲੀਆਂ ਦੇ ਰਾਜ ਵੇਲੇ ਤੇ ਕਾਂਗਰਸ ਦੇ ਰਾਜ ਵੇਲੇ ਸਾਨੂੰ ਇਨਸਾਫ ਨਹੀਂ ਮਿਲਦਾ ਰਿਹਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀਆਂ ਲਗਾਤਾਰ ਬੇਅਦਬੀਆਂ ਹੁੰਦੀਆਂ ਰਹੀਆਂ ਦਾਅਵੇ ਕੀਤੇ ਜਾਂਦੇ ਹੁੰਦੇ ਸੀਗੇ ਕਿ ਇਹ ਹੋਊਗਾ ਉਹ ਹੋਊਗਾ ਪਰ ਅਸੀਂ ਤੀਜਾ ਬਦਲ ਚੁਣਿਆ ਪਹਿਲਾਂ ਤੇ ਲੋਕੀ ਬਾਰ ਬਾਰ ਕਦੀ ਪਹਿਲਾ ਲੈ ਜਾਂਦਾ ਫਿਰ ਦੂਜਾ ਲੈ ਜਾਂਦਾ ਦੂਜੇ ਤੋਂ ਬਾਅਦ ਫਿਰ ਪਹਿਲਾ ਲੈ ਜਾਂਦਾ ਪਹਿਲੇ ਤੋਂ ਬਾਅਦ ਫਿਰ ਦੂਜਾ ਐਦਾਂ ਫਿਰ ਨਾ ਬੰਦੇ ਕਈ ਵਾਰੀ ਅੱਕ ਜਾਂਦੇ ਆ ਥੱਕ ਜਾਂਦੇ ਆ ਫਿਰ ਉਹ ਪਾੜਦੇ ਆ ਤੀਜਾ ਬਦਲ ਫਿਰ ਤੀਜੇ ਬਦਲ ਦੇ ਰੂਪ ਦੇ ਵਿੱਚ ਆ ਗਏ ਆਮ ਆਦਮੀ ਪਾਰਟੀ ਵਾਲੇ ਭਗਵੰਤ ਮਾਨ ਹੋਰੀ ਆ ਗਏ ਆ ਦਿੱਲੀ ਤੋਂ ਕੇਜਰੀਵਾਲ ਸਾਹਿਬ ਆ ਗਏ ਅਰਮਿੰਦ ਕੇਜਰੀਵਾਲ ਜੀ ਉਹ ਆਣ ਕੇ ਫਿਰ ਪੰਜਾਬ ਦੇ ਲੋਕਾਂ ਨੂੰ ਕਹਿਣ ਲੱਗੇ ਕਿ ਤੁਸੀਂ ਦੇਖੋ ਜੀ ਤੁਹਾਡੀ ਆਪਣੇ ਆਪ ਨੂੰ ਖੇਤਰੀ ਖਵਾਉਣ ਵਾਲੀ ਪਾਰਟੀ ਆ ਵੇਖੋ ਜਦੋਂ ਵੀ ਉਹ ਸਰਕਾਰ ਦੇ ਵਿੱਚ ਰਹੀ ਹੈ ਜਦੋਂ ਵੀ ਸੱਤਾ ਵਿੱਚ ਰਹੀ ਹੈ ਉਹਨਾਂ ਨੇ ਤੁਹਾਡੀ ਝੋਲੀ ਵਿੱਚ ਪਾਇਆ ਤੇ ਪਾਇਆ ਕੀ ਹੈ ਸਾਨੂੰ ਇੱਕ ਵਾਰ ਮੌਕਾ ਦਿਓ ਅਸੀਂ ਜਿੱਥੇ ਨਸ਼ੇ ਦੂਰ ਕਰਦਾਂਗੇ ਇੱਦਾਂ ਪੋਟਿਆਂ ਦੇ ਉੱਪਰ ਗਿਣ ਕੇ ਦੱਸਦੇ ਹੁੰਦੇ ਸੀਗੇ ਉਹ ਔਰ ਪੋਟਿਆਂ ਦੇ ਉੱਪਰ ਜਿੰਨੇ ਕ ਹਫ਼ਤੇ ਗਿਣ ਕੇ ਦੱਸਦੇ ਹੁੰਦੇ ਸੀਗੇ ਉਦੋਂ ਕਿਤੇ ਜ਼ਿਆਦਾ ਮਹੀਨੇ ਹੋ ਚੁੱਕੇ ਆ ਸਰਕਾਰ ਬਣੀ ਨੂੰ ਪਰ ਨਸ਼ਿਆਂ ਦਾ ਦਰਿਆ ਜਿਉਂਦਾ ਤਿਉਂ ਨਿਰੰਤਰ ਵਹਿ ਰਿਹਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਦੇ ਇਨਸਾਫ਼ ਦੀ ਵੀ ਉਹ ਗੱਲ ਕਰਿਆ ਕਰਦੇ ਸਨ ਸਥਿਤੀ ਅੱਜ ਵੀ ਸਾਰਿਆਂ ਦੇ ਸਾਹਮਣੇ ਆ ਬੇਅਦਬੀਆਂ ਦਾ ਦੌਰ ਅੱਜ ਵੀ ਲਗਾਤਾਰ ਜਾਰੀ ਹੈ ਇਥੇ ਹੀ ਬਸ ਨਹੀਂ ਦਰਸ਼ਕੋ ਜਿਹੜੀ ਗੱਲ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹਾਂ ਨਾ ਉਹਦਾ ਮੈਂ ਮਰਜ ਭੂਮਿਕਾ ਜੀ ਬਣ ਰਿਹਾ ਹੈਗਾ ਗੱਲ ਜਿਹੜੀ ਆਪਾਂ ਕਰਨੀ ਆ ਉਹ ਇਹੀ ਆ ਕਿ ਅਕਾਲੀਆਂ ਤੇ ਭਾਜਪਾ ਦੇ ਵਿਚਾਲੇ ਦੁਬਾਰਾ ਗੱਠਬੰਧਨ ਹੋਣ ਦੀਆਂ ਸੰਭਾਵਨਾਵਾਂ ਮਹਿਸੂਸ ਹੋ ਰਹੀਆਂ ਨੇ ਚਰਚਾ ਚੱਲ ਰਹੀ ਹੈਗੀ ਆ ਅਮਿਤ ਸ਼ਾ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਆਉਂਦੇ 2-3 ਦਿਨਾਂ ਦੇ ਵਿੱਚ ਸਥਿਤੀ ਬਿਲਕੁਲ ਸਪਸ਼ਟ ਹੋ ਜਾਊਗੀ ਕਿ ਸਾਡਾ ਇਹਨਾਂ ਨਾਲ ਗੱਠ ਜੋੜ ਹੋਣਾ ਹੈ ਜਾਂ ਗੱਠ ਜੋੜ ਨਹੀਂ ਹੋਣਾ ਤੋਂ ਆਪਾਂ ਗੱਲਬਾਤ ਉਹਦੇ ਬਾਰੇ ਕਰਾਂਗੇ ਤੋਂ ਉਤੋਂ ਪਹਿਲਾਂ ਭੂਮਿਕਾ ਜੀ ਬਣਨ ਵਾਸਤੇ ਮੈਂ ਗੱਲ ਕਰ ਰਿਹਾ ਹਾਂ ਤੁਹਾਨੂੰ ਕਹਿੰਦੇ ਹੁੰਦੇ ਸੀਗੇ ਕਿ ਬੇਦਬੀਆਂ ਦੇ ਜਿਹੜੇ ਦੋਸ਼ੀ ਨੇ ਅਸੀਂ ਉਹ ਨਸ਼ਰ ਕਰਾਂਗੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਵਾਈਆਂ ਜਾਣਗੀਆਂ ਇੱਕ ਉਦਾਹਰਣ ਦੇ ਕੇ ਆਪਾਂ ਆਪਣੇ ਵਿਸ਼ੇ ਦੇ ਉੱਪਰ ਆਉਨੇ ਆ ਉਹ ਇੱਕ ਉਦਾਹਰਣ ਕੇਵਲ ਤੇ ਕੇਵਲ ਇਹ ਦੇਣੀ ਚਾਹੂਗਾ ਕਿ ਪ੍ਰਦੀਪ ਕਲੇਰ ਨਾਮ ਦਾ ਇੱਕ ਸ਼ਖਸ ਸਨ 2015 ਦੇ ਵਿੱਚ ਬੇਦਬੀ ਦੀ ਘਟਨਾ ਵਾਪਰਦੀ ਆ ਆਪਾਂ ਸਾਰੇ ਜਾਣਦੇ ਆ ਬੁਰਜ ਜਵਾਰ ਸਿੰਘ ਵਾਲਾ ਤੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਰੂਪ ਚੋਰੀ ਹੁੰਦੇ ਆ ਚੇਤਿਆ ਜੀ ਤੁਹਾਨੂੰ ਸਾਰਿਆਂ ਨੂੰ ਮੈਨੂੰ ਵੀ ਚੇਤਿਆ ਸਾਨੂੰ ਸਾਰਿਆਂ ਨੂੰ ਜ਼ਰੂਰ ਚੇਤੇ ਰੱਖਣਾ ਚਾਹੀਦਾ ਉਸ ਤੋਂ ਬਾਅਦ ਸਿੱਖਾਂ ਨੂੰ ਚੈਲੰਜ ਕੀਤਾ ਜਾਂਦਾ ਹੈਗਾ ਕਿ ਸਿੱਖੋ ਅਸੀਂ ਤੁਹਾਡਾ ਗੁਰੂ ਚੋਰੀ ਕੀਤਾ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਲੱਭ ਕੇ ਵਿਖਾਓ ਉਹਨਾਂ ਨੇ ਆ ਸਾਰਾ ਕੁਝ ਆਖਿਆ ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਵੀ ਕੀਤੀਆਂ ਸੀਗੀਆਂ ਉਹ ਸਾਰਾ ਦੌਰ ਸਿੱਖਾਂ ਨੇ ਦੁਨੀਆਂ ਦੇ ਹਰੇਕ ਕੋਨੇ ਵਿੱਚ ਬੈਠੇ ਸਿੱਖ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਪੰਥਕ ਸਰਕਾਰਾਂ ਵੀ ਰਹੀਆਂ ਦੂਜੇ ਵੀ ਰਹੇ ਤੀਜੇ ਵੀ ਰਹੇ ਬਦਲਵਾਲੇ ਵੀ ਰਹੇ ਪਰ ਲਗਾਤਾਰ ਮੈਂ ਪ੍ਰਦੀਪ ਕਲੇਰ ਦਾ ਜ਼ਿਕਰ ਕਰ ਰਿਹਾ ਹਾਂ ਪਰਦੀਪ ਕਲੇਰਨਾਮ ਦਾ ਸ਼ਖਸ ਬੇਅਦਬੀ ਦੇ ਬੇਅਦਬੀ ਦਾ ਦੋਸ਼ੀ ਹੈ ਉਸ ਕੇਸ ਦੇ ਵਿੱਚ ਉਹ ਭਗੋੜਾ ਹੈ ਉਦੋਂ ਤੋਂ ਲੈ ਕੇ ਹੁਣ ਤੱਕ 15 ਤੋਂ ਲੈ ਕੇ ਉਹ ਭਗੋੜਾ ਹੈਗਾ ਔਰ ਉਹਦੀ ਉਹ ਉਹਦੀ ਅਰੈਸਟ ਹੁੰਦੀ ਆ ਜਦੋਂ ਅਰੈਸਟ ਪੈਂਦੀ ਆ ਕੁਝ ਅਦਾਰਿਆਂ ਨੇ ਨਿਊਜ਼ ਚੈਨਲਾਂ ਨੇ ਪਹਿਲਾਂ ਇਹਗਾ ਲੱਖੀ ਸੀ ਕਿ ਜਦੋਂ ਪਿਛਲੇ ਮਹੀਨੇ ਦੀ ਗੱਲ ਹੈਗੀ ਆ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਤਾਂ ਗੱਲ ਇਹ ਉੱਭਰ ਕੇ ਸਾਹਮਣੇ ਆਈ ਸੀਗੀ ਕੁਝ ਅਦਾਰਿਆਂ ਨੇ ਕਹਿੰਦੇ ਕਿ ਰਾਮ ਮੰਦਿਰ ਦਾ ਜਿੱਥੇ ਨਿਰਮਾਣ ਹੋਇਆ ਅਯੁੱਧਿਆ ਉੱਥੇ ਭਾਜਪਾ ਦੇ ਕਈ ਆਗੂਆਂ ਦੇ ਨਾਲ ਉਹਦੀਆਂ ਫੋਟੋਆਂ ਵੀ ਨਸ਼ਰ ਹੋਈਆਂ ਨੇ ਕਹਿੰਦੇ ਵੀ ਉੱਥੇ ਹੀ ਸਿਗਾ ਹੋ ਉੱਥੇ ਸੇਵਾ ਨਿਭਾਰਿਆ ਸੀਗਾ ਉੱਥੇ ਲੰਗਰ ਵਗੈਰਾ ਵਰਤਾਇਆ ਸੀਗਾ ਤਾਂ ਉਸ ਤੋਂ ਬਾਅਦ ਉਹ ਪਹਿਲਾ ਖਬਰ ਇਹ ਆਈ ਉਸ ਤੋਂ ਬਾਅਦ ਭਈ ਉੱਥੋਂ ਅਰੈਸਟ ਕੀਤਾ ਗਿਆ ਅਗਲੇ ਦਿਨ ਫਿਰ ਉਹ ਖਬਰਾਂ ਗੁੜ گاؤں ਜਿਹੜਾ ਹਰਿਆਣਾ ਦੇ ਵਿੱਚ ਪੈਂਦਾ ਉੱਥੋਂ ਦੀਆਂ ਦੱਸੀਆਂ ਗਈਆਂ ਕਿ ਉੱਥੋਂ ਅਰੈਸਟ ਕੀਤਾ ਗਿਆ ਖੈਰ ਜੋ ਵੀ ਹੈ ਅਰੈਸਟ ਕਰ ਲਿਆ ਗਿਆ ਉਸ ਤੋਂ ਬਾਅਦ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਪਿਛਲੇ ਦਿਨੀ ਕੋਰਟ ਦੇ ਵਿੱਚ ਉਹਨੇ ਜਿਹੜੇ ਬਿਆਨ ਦਿੱਤੇ ਨੇ ਉਹਦਾ ਕਹਿਣਾ ਹੈਗਾ ਕਿ ਇੱਕ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਜੀ ਜਦੋਂ ਉਹ ਗੁਰਮਤਿ ਦਾ ਪ੍ਰਚਾਰ ਕਰਿਆ ਕਰਦਾ ਸੀਗਾ ਤੇ ਉਹਦੇ ਪ੍ਰਚਾਰ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੇ ਗਲਾਂ ਦੇ ਵਿੱਚ ਪਾਏ ਹੋਏ ਸੌਦਾ ਸਾਧ ਦੇ ਤਸਵੀਰਾਂ ਵਾਲੇ ਲੋਕਟ ਉਹ ਛੁੱਟ ਦਿੱਤੇ ਕਹਿੰਦਾ ਫਿਰ ਕਹਿੰਦਾ ਵੀ ਮੈਂ ਜਦੋਂ ਇਹ ਗੱਲ ਸਾਡੇ ਸਾਰਿਆਂ ਦੇ ਸਾਹਮਣੇ ਹੋ ਰਹੀ ਸੀ ਕਿ ਉਹਨੇ ਕਈ ਜਣੇ ਦਾ ਜ਼ਿਕਰ ਕੀਤਾ ਹੈਗਾ ਉੱਥੇ ਖਾਸ ਤੌਰ ਤੇ ਦੋ ਜਣੇ ਇੱਕ ਬੀਬੀ ਹਨੀ ਪ੍ਰੀਤਕੌਰ ਤੋਂ ਉਹਨੂੰ ਚਿਤ ਤੇ ਆ ਗਈ ਹੋਊਗੀ ਜਦੋਂ ਬਾਬਾ ਜਿਹੜਾ ਸੌਦਾ ਸਾਧ ਵਾਲਾ ਹੈਗਾ ਨਾ ਜੀ ਜਦੋਂ ਉਹਦਾ ਜ਼ਿਕਰ ਆਉਂਦਾ ਜਦੋਂ ਸੌਦੇ ਸਾਧਾ ਜ਼ਿਕਰ ਕਰਦੇ ਹੋ ਤਾਂ ਨਾਲ ਹਣੀਪਰੀਦਾ ਜ਼ਿਕਰ ਕਰਦੇ ਹੋ ਨਾਲ ਹੀ ਤੁਹਾਨੂੰ ਫਟਾਫਟ ਉਸੇ ਵੇਲੇ ਚੇਤਾ ਆ ਜਾਣਾ ਹੋਊਗਾ ਕਿ ਕਿਹੜੀ ਹਣੀਪਰੀ ਦੀ ਗੱਲ ਹੋ ਰਹੀ ਹੈ ਅੱਛਾ ਉਸ ਤੋਂ ਬਾਅਦ ਫਿਰ ਕਹਿੰਦੇ ਉੱਥੇ ਗੱਲ ਇਹ ਹੋਈ ਕਿ ਜਦੋਂ ਬਾਬਾ ਜੀ ਦੇ ਲੋਕਟਾਂ ਦੀ ਤਸਵੀਰ ਦੀ ਬੇਦਬੀ ਹੋਈ ਹੈ ਤਾਂ ਕਹਿੰਦੇ ਫਿਰ ਤੁਸੀਂ ਤੁਹਾਡੇ ਕੋਲ ਕੁਝ ਨਹੀਂ ਬਣਿਆ ਸਰਿਆ ਜਿਹੜਾ ਉਹਨਾਂ ਕੋਰਟ ਵਿੱਚ ਬਿਆਨ ਦਿੱਤੇ ਆ ਉਹ ਕਹਿੰਦਾ ਵੀ ਉਸ ਤੋਂ ਬਾਅਦ ਗੱਲ ਇਹ ਹੋਈ ਵੀ ਕਹਿੰਦਾ ਵੀ ਸਿੱਖਾਂ ਨੂੰ ਜੇ ਹੁਣ ਤਕਲੀਫ ਪਚਾਉਣੀ ਹੈ ਤਾਂ ਸਿੱਖਾਂ ਦਾ ਗੁਰੂ ਕੌਣ ਹੈ ਭਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਿਰ ਕਹਿੰਦੇ ਉਸ ਤੋਂ ਬਾਅਦ ਉਹਨਾਂ ਦੀ ਸ਼ੈ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਦਬੀਆਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੁੰਦਾ ਹੈ ਤਾਂ ਉਹਨੇ ਬਕਾਇਦਾ ਮੰਨਿਆ ਔਰ ਜਿਹੜੀ ਇਸ ਵੇਲੇ ਦੀ ਸਰਕਾਰ ਆ ਤੀਜਾ ਬਦਲ ਜਿਹੜਾ ਕਹਿੰਦੇ ਸੀ ਲੈ ਕੇ ਆਵਾਂਗੇ ਆ ਇੱਕੋ ਉਦਾਹਰਣ ਦੇ ਰਿਹਾ ਹਾਂ ਜੀ ਹਾਲੇ ਤੱਕ ਨਾ ਹਣੀਪਰੀਦ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਹੈ ਅਗਲੇ ਨਾ ਕੋਰਟ ਵਿੱਚ ਬਿਆਨ ਦਿੱਤੇ ਹੋਇਆ ਉਹਦੇ باوجود ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੈਗੀ ਬਾਬਾ ਭਾਵੇਂ ਜੇਲ੍ਹ ਦੇ ਵਿੱਚ ਹੈਗਾ ਪਰ ਜਿਹੜੇ ਉਹ ਬਿਆਨ ਨੇ ਉਹ ਬੜਾ ਮਹੱਤਵ ਰੱਖਦੇ ਹੈਗੇ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੁੰਦੀ ਹੈ ਕਾਰਵਾਈ ਨਹੀਂ ਹੋਈ ਖੈਰ ਚਲੋ ਹੁਣ ਆਪਾਂ ਅੱਗੇ ਵਧਿਆ ਜੀ ਪੰਜਾਬ ਦੇ ਵਿੱਚ ਆਮ ਲੋਕਾਂ ਨੇ ਖਾਸ ਕਰਕੇ ਪੰਜਾਬੀਆਂ ਨੇ ਤੇ ਖਾਸ ਕਰਕੇ ਸਿੱਖਾਂ ਨੇ ਜਦੋਂ ਇਹ ਗੱਲ ਮਹਿਸੂਸ ਕੀਤੀ ਸੀ ਕਿ ਸਾਡੇ ਆ ਮਸਲਿਆਂ ਦਾ ਕੋਈ ਹੱਲ ਨਾ ਕਾਂਗਰਸ ਨਾ ਅਕਾਲੀ ਤੇ ਉਹ ਸਿੱਤੀਜਾ ਬਦਲ ਚਾਹੁੰਦੇ ਆ ਉਸ ਵੇਲੇ ਉਹਨਾਂ ਨੇ ਇਹਨਾਂ ਤੋਂ ਅੱਕ ਕੇ ਤੀਜਾ ਬਦਲ ਲੈ ਕੇ ਆਂਦਾ ਸੀ ਆਮ ਆਦਮੀ ਭਗਵੰਤਮਾਨ ਦੀ ਸਰਕਾਰ ਭਗਵੰਤਮਾਨ ਦੀ ਸਰਕਾਰ ਦੇ ਵੀ ਇਸ ਵੇਲੇ ਆ ਇੱਕ ਉਦਾਹਰਣ ਦੇ ਕੇ ਤੁਹਾਨੂੰ ਸਮਝਾਤਾ ਸਿੱਖਾਂ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਤੋਂ ਪਰੇ ਹੋਰ ਗੱਲ ਕੋਈ ਨਹੀਂ ਹੈਗੀ ਸਿੱਖ ਵਾਸਤੇ ਇਤੋਂ ਵੱਡੀ ਗੱਲ ਹੋਰ ਕੋਈ ਹੈ ਹੀ ਨਹੀਂ ਹੈ ਤਾਂ ਉਸ ਮਾਮਲੇ ਵਿੱਚ ਭਗਵੰਤਮਾਨ ਦੀ ਸਰਕਾਰ ਦਾ ਰਵਈਆ ਆਪਾਂ ਸਾਰੇ ਜਣੇ ਦੇਖ ਹੀ ਰਹੇ ਆ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਇਹਨਾਂ ਦਾ ਗੱਠਜੋੜ ਹੋਣ ਦੀ ਸੰਭਾਵਨਾ ਵਾ ਹੁਣ ਜੇ ਤਾਂ ਭਗਵੰਤਮਾਨ ਹੋਰਾਂ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਭਾਈਚਾਰਾ ਜੇ ਤਾਂ ਉਹਨਾਂ ਨੇ ਉਹ ਸਾਰੇ ਕੰਮ ਕੀਤੇ ਹੁੰਦੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਦਰਿਆ ਵਗ ਰਿਹਾ ਉਸ ਦਰਿਆ ਨੂੰ ਜੇ ਤਾਂ ਲਈ ਹੁੰਦੀ ਠੱਲ ਪਾਈ ਹੁੰਦੀ ਫਿਰ ਤਾਂ ਸਥਿਤੀ ਕੁਝ ਹੋਰ ਹੁੰਦੀ ਫਿਰ ਕਿਸੇ ਹੋਰ ਨੂੰ ਉਭਰਨ ਦਾ ਮੌਕਾ ਨਾ ਮਿਲਦਾ ਪਰ ਉਹਨਾਂ ਨੇ ਇਦਾਂ ਦਾ ਕੁਝ ਵੀ ਨਹੀਂ ਕੀਤਾ ਪੰਜਾਬ ਦੇ ਲੋਕਾਂ ਦੇ ਕੋਲੋਂ ਪੰਜਾਬੀ ਮਾਂ ਬੋਲੀ ਲਗਾਤਾਰ ਖੋਈ ਜਾਂਦੀ ਹੈ ਸਕੂਲਾਂ ਦੇ ਵਿੱਚ ਹਿੰਦੀ ਦਾ ਬੋਲ ਬਾਲਾ ਪੰਜਾਬ ਦੇ ਲੋਕਾਂ ਨੂੰ ਇੱਥੋਂ ਪੰਜਾਬ ਤੋਂ ਬਾਹਰ ਭਈ ਅਸੀਂ ਨਿਕਲ ਚਲੀਏ ਇੱਥੋਂ ਪੰਜਾਬ ਦੇ ਲੋਕ ਇੱਥੇ ਰਹਿਣਾ ਨਹੀਂ ਚਾਹੁੰਦੇ ਹੈਗੇ ਇਦਾਂ ਦੇ ਹਾਲਾਤ ਉਹ ਪੈਦਾ ਹੱਲੇ ਤੱਕ ਨਹੀਂ ਕਰ ਪਾਏ ਹੈਗੇ ਹੁਣ ਜਿਹੜੇ ਕਰਕੇ ਫਿਰ ਦੁਬਾਰਾ ਉਹਨਾਂ ਨੂੰ ਮੌਕਾ ਹੁਣ ਮਿਲੂਗਾ ਹੀ ਉਹ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਸੁਖਬੀਰ ਬਾਦਲ ਹੁਰੀ ਆ ਜਾ ਕੇ ਮੈਂ ਇਹ ਕਹਿਣਾ ਚਾਹਣਾ ਹੈ ਕਿ ਬੀਜੇਪੀ ਨੂੰ ਕਾਲੀਆਂ ਨੂੰ ਵੀ ਇਸ ਗੱਲ ਦਾ ਪਤਾ ਹੈਗਾ ਕਿ ਅਸੀਂ ਬੀਜੇਪੀ ਤੋਂ ਰੁਸ ਕੇ ਬੀਜੇਪੀ ਨੂੰ ਨਾਰਾਜ਼ ਕਰਕੇ ਇਕੱਲੇ ਆਪਣੇ ਦਮ ਦੇ ਉੱਪਰ ਅਸੀਂ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾ ਸਕਦੇ ਇਸ ਗੱਲ ਦਾ ਬੀਜੇਪੀ ਨੂੰ ਵੀ ਪਤਾ ਆ ਭਾਵੇਂ ਗਾਹੇ ਬਗਾਹੇ ਉਹਨਾਂ ਦੇ ਵੱਖ-ਵੱਖ ਆਗੂ ਐਦਾ ਕਹਿੰਦੇ ਜਰੂਰ ਰਹਿੰਦੇ ਹੁੰਦੇ ਆ ਅਸੀਂ ਆਪਣੇ ਦਮ ਦੇ ਉੱਪਰ ਹਰੇਕ ਹਲਕੇ ਤੋਂ ਕੈਂਡੀਡੇਟ ਖਿਲਾਾਰਾਂਗੇ ਔਰ ਅਸੀਂ ਆਪਣੀ ਸਰਕਾਰ ਬਣਾਵਾਂਗੇ ਸਾਡਾ ਹੀ ਬੰਦਾ ਅਗਲਾ ਸੀਐਮ ਹੋਊਗਾ ਪਰ ਪਤਾ ਦੋਨੇ ਚ ਰਨੂ ਹੈਗਾ ਕਿ ਸਾਡੀ ਇੱਕ ਦੂਜੇ ਤੋਂ ਬਿਨਾ ਗਤੀ ਨਹੀਂ ਹੈਗੀ ਤਾਂ ਹੁਣ ਅਕਾਲੀਆਂ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਕੰਮ ਕੀਤਾ ਹੈਗਾ ਉਹਨੂੰ ਜਦੋਂ ਤੁਸੀਂ ਦੇਖੋਗੇ ਤੇ ਜਿਹੜੀ ਖਾਸ ਗੱਲ ਜਿਹੜੀ ਮੈਨੂੰ ਤਕਲੀਫ ਆਣਾ ਜਿਹੜੀ ਗੱਲ ਕਰਨ ਵਾਸਤੇ ਮੈਂ ਦਰਸ਼ਕੋ ਤੁਹਾਡੇ ਰੂਬਰੂ ਹਾਂ ਉਹ ਇਹ ਆ ਕਿ ਇਸ ਸਾਰੇ ਕਾਸੇ ਦੇ ਦਰਮਿਆਨ ਜਿਹੜਾ ਇੱਕ ਪੰਥਕ ਧਿਰ ਦਾ ਉਭਾਰ ਹੋਣਾ ਚਾਹੀਦਾ ਹੁੰਦਾ ਹੈ ਉਹਦੀ ਸਥਿਤੀ ਕੀ ਹੈ ਭਾਈ ਅਮਰਤਪਾਲ ਸਿੰਘ ਜਦੋਂ ਹੀ ਪੰਜਾਬ ਦੇ ਵਿੱਚ ਜਦੋਂ ਆਉਂਦੇ ਆ ਉਸ ਵੇਲੇ ਨੌਜਵਾਨਾਂ ਦੇ ਵਿੱਚ ਇੱਕ ਵੱਖਰੀ ਜਿਹੀ ਕਿਸਮ ਦਾ ਉਤਸ਼ਾਹ ਪੈਦਾ ਹੁੰਦਾ ਉਸ ਵੇਲੇ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਇੱਕ ਉਦਾਂ ਦਾ ਲੀਡਰ ਮਿਲਣ ਜਾ ਰਿਹਾ ਹੈ ਉਹ ਉਦਾਂ ਦਾ ਲੀਡਰ ਹੋ ਕੇ ਉਭਰੂਗਾ ਜਿਹੋ ਜਿਹੇ ਲੀਡਰ ਦੀ ਸਾਨੂੰ ਪੰਜਾਬ ਨੂੰ ਤੇ ਸਾਡੇ ਪੰਥ ਨੂੰ ਜ਼ਰੂਰਤ ਹੈ ਹਾਲਾਤ ਬਦਲੇ ਕੁਝ ਹਾਲਾਤ ਇਦਾਂ ਦੇ ਬਣ ਗਏ ਕੁਝ ਸਮਾਂ ਸਬਾਬ ਇਹਦਾ ਬਣ ਗਿਆ ਕਿ ਸਰਕਾਰਾਂ ਨੇ ਚੱਕ ਕੇ ਦਿਬਰੂਗੜ ਜੇਲ੍ਹ ਭੇਜ ਦਿੱਤਾ 11 ਮਹੀਨੇ ਹੋ ਚੁੱਕੇ ਆ ਆ ਹੁਣ ਪਤਾ ਲੱਗਾ ਪਿਛਲੇ ਦਿਨੀ ਦੁਬਾਰਾ ਫਿਰ ਅਗਲਿਆਂ ਨੇ 3 ਮਹੀਨੇ ਡੀ ਐਨ ਐਸ اے ਦੀ ਮਿਆਦ ਹੋਰ ਅੱਗੇ ਵਧਾ ਦਿੱਤੀ ਐ ਹੁਣ ਘਟੋ ਘਟ 3 ਮਹੀਨੇ ਹੋਰ ਉੱਥੇ ਦਿਬਰੂਗੜ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਉਸ ਗੱਲ ਨੂੰ ਲੈ ਕੇ ਉੱਥੇ ਉਹਨਾਂ ਨੇ ਭੁੱਖ ਹੜਤਾਲ ਵੀ ਰੱਖੀ ਔਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੋਰਚਾ ਵੀ ਲਾ ਆ ਗਿਆ ਪਰਿਵਾਰਾਂ ਦੇ ਵੱਲੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਉੱਥੇ ਜਾ ਜਾ ਕੇ ਹਾਜ਼ਰੀ ਵੀ ਭਰੀ ਮੈਂ ਗੱਲ ਕਰ ਰਿਹਾ ਸਿੱਖ ਸਿਆਸਤ ਦੀ ਸਿੱਖ ਸਿਆਸਤ ਦੇ ਉਭਾਰ ਦੀ ਸਿੱਖ ਸਿਆਸਤ ਸਿਆਸਤ ਦੀ ਸਥਿਤੀ ਕੀ ਹੈਗੀ ਆ ਮੈਂ ਦਰਅਸਲ ਤਕਲੀਫ ਮੈਨੂੰ ਇਸ ਗੱਲ ਦੀ ਹੈ ਹੁਣ ਜਿਹੜਾ ਉਹ ਉਭਾਰ ਕਈ ਵਾਰ ਨਜ਼ਰ ਆਉਂਦਾ ਹੈ ਕਿ ਖਰਾ ਉਭਾਰ ਹੁਣ ਹੋਣ ਜਾ ਰਿਹਾ ਹੈ ਪੰਜਾਬ ਤੇ ਪੰਥ ਉਸ ਉਭਾਰ ਨੂੰ ਪੂਰੀ ਸਪੋਰਟ ਕਰੂਗਾ ਔਰ ਕਰਦਾ ਵੀ ਹੈਗਾ ਪੰਜਾਬ ਤੇ ਪੰਥ ਸਪੋਰਟ ਇਹਨਾਂ ਦੀ ਗੱਲ ਕੋਈ ਨਹੀਂ ਹੈ ਭਾਈ ਅਮਰਤਪਾਲ ਸਿੰਘ ਹਰਾਨੂੰ ਕੀ ਸਪੋਰਟ ਨਹੀਂ ਕੀਤੀ ਪੰਥ ਨੇ ਕੀਤੀ ਹੈ ਵੱਡੇ ਵੱਡੇ ਇਕੱਠ ਹੁੰਦੇ ਰਹੇ ਆ ਸਾਰਾ ਕੁਝ ਹੁੰਦਾ ਰਿਹਾ ਵਿਦੇਸ਼ਾਂ ਤੋਂ ਵੀ ਲੋਕ ਸਪੋਰਟ ਕਰਦੇ ਰਹੇ ਆ ਖਾਣ-ਪੀਣ ਦਾ ਕਰਦਾ ਰਿਹਾ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਭਾਵੇਂ ਕਿ ਕਈ ਥਿਰਾਂ ਤੇ ਕਈ ਜਥੇ ਬੰਦੀਆਂ ਉਦੋਂ ਇਹਦਾ ਮਹਿਸੂਸ ਕਰਦੀਆਂ ਸੀਗੀਆਂ ਕਿ ਅਸੀਂ ਪਹਿਲਾਂ ਤੋਂ ਇੱਥੇ ਸਥਾਪਿਤ ਹੈਗੇ ਆ ਤੇ ਇਹ ਹੁਣ ਨੌਜਵਾਨ ਆ ਕੇ ਤੇ ਸਾਨੂੰ ਖੁੰਝੇ ਖਰੇ ਲਾ ਰਿਹਾ ਉਹ ਇੱਕ ਅਲੈਦਾ ਗੱਲ ਹੈਗੀ ਆ ਜਦੋਂ ਕੋਈ ਵੀ ਇਨਸਾਨ ਕੰਮ ਕਰਨ ਦੇ ਵਾਸਤੇ ਫੀਲਡ ਦੇ ਵਿੱਚ ਨਿਤਰਦਾ ਤੇ ਕਮੀਆਂ ਪੇਸ਼ੀਆਂ ਵੀ ਹੁੰਦੀਆਂ ਹੀ ਨੇ ਖੈਰ ਉਹ ਇੱਕ ਅਲੈਦਾ ਗੱਲ ਵਾ ਪਰ ਆ ਜਾ ਕੇ ਹੋਇਆ ਕੀ ਆ ਹੁਣ ਜਿਹੜੀ ਗੱਲ ਮੇਨ ਦੁੱਖदाई ਹੈ ਅਕਾਲੀਆਂ ਨੇ ਕੀਤਾ ਕੀ ਹੈਗਾ ਵਰਕ ਉਸ ਵਰਕ ਨੂੰ ਦੇਖੋ ਤੁਸੀਂ ਕੰਮ ਨੂੰ ਵੇਖੋ ਬੀਜੇਪੀ ਨੂੰ ਬੀਜੇਪੀ ਅਕਾਲੀਆਂ ਦੇ ਨਾਲ ਗੱਠਜੋੜ ਕਰੇ ਤੇ ਕਰੇ ਕਿਉਂ ਪਹਿਲਾਂ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਬੀਜੇਪੀ ਅਕਾਲੀਆਂ ਦੇ ਨਾਲ ਗੱਠਜੋੜ ਤਾਂ ਹੀ ਕਰੂਗੀ ਨਾ ਜੇ ਬੀਜੇਪੀ ਨੂੰ ਇਹ ਲੱਗਦਾ ਹੋਵੇ ਕਿ ਅਕਾਲੀ ਪੰਜਾਬ ਦੇ ਵਿੱਚ ਮਾੜੇ-ਮੋٹے ਮਜ਼ਬੂਤ ਹੈਗੇ ਆ ਤਾਂ ਹੀ ਗੱਠਜੋੜ ਕਰਨਗੇ ਨਾ ਜੇ ਅਕਾਲੀ ਪੰਜਾਬ ਦੇ ਵਿੱਚ ਮਜ਼ਬੂਤ ਹੀ ਨਾ ਹੋਣ ਤਾ ਫਿਰ ਬੀਜੇਪੀ ਵਾਲੇ ਇਹਨਾਂ ਦੇ ਨਾਲ ਗੱਠਜੋੜ ਕਰਨ ਤੇ ਕਰਨ ਕਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਾਂ ਸਾਰੇ ਜਣੇ ਸਮਝਦੇ ਹਾਂ ਕਹਿਣ ਨੂੰ ਭਾਵੇਂ ਜੋ ਮਰਜ਼ੀ ਕਹੀ ਜਾਵੇ ਨਹੀਂ ਅਸੀਂ ਦਖਲਅਦਾਜੀ ਨਹੀਂ ਕਰਦੇ ਮੈਂ ਸੁਖਬੀਰ ਬਾਦਲ ਹੁਰਾ ਦੀ ਗੱਲ ਕਰਦਾ ਵੱਡੇ ਬਾਦਲ ਸਾਹਿਬ ਦੀ ਵੀ ਗੱਲ ਕਰਦਾ ਭਾਵੇਂ ਉਹ ਵੀ ਕਹਿੰਦੇ ਹੁੰਦੇ ਸਾਡਾ ਇਹਦੇ ਵਿੱਚ ਕੋਈ ਦਖਲਅਦਾਜੀ ਨਹੀਂ ਹੈ ਪਰ ਸਾਰਿਆਂ ਨੂੰ ਪਤਾ ਹੈਗਾ ਸਾਰਾ ਕੁਝ ਉਹਨਾਂ ਦੇ ਕੰਟਰੋਲ ਦੇ ਵਿੱਚ ਹੈਗਾ ਹੁਣ ਬੀਜੇਪੀ ਨੂੰ ਵੀ ਇਸ ਗੱਲ ਦਾ ਪਤਾ ਹੈਗਾ ਕਿ ਆਕਾਲੀਆਂ ਦੇ ਕੰਟਰੋਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈਗੀ ਹੈ ਔਰ ਉਹਨਾਂ ਨੂੰ ਇਹ ਵੀ ਪਤਾ ਹੈਗਾ ਕਿ ਪਿਛਲੇ ਸਮੇਂ ਦੇ ਦੌਰਾਨ ਅਕਾਲੀਆਂ ਤੋਂ ਜਿਹੜੇ ਪੁਰਾਣੇ ਆਗੂ ਸੁਖਬੀਰ ਬਾਦਲ ਤੋਂ ਵਡੇਰੀ ਉਮਰ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਹੋਣਾਂ ਤੋਂ ਬਾਅਦ ਵਾਲੇ ਬਈ ਉਹ ਰੁੱਸ ਕੇ ਲਾਂਬੇ ਹੋ ਗਏ ਸੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਜਦੋਂ ਰੁੱਸ ਕੇ ਲਾਂਬੇ ਹੋਏ ਸੀ ਸਾਰਿਆਂ ਨੇ ਇਹ ਗੱਲ ਆਖੀ ਸੀਗੀ ਕਿ ਸਾਨੂੰ ਪੰਥ ਅਤੇ ਪੰਜਾਬ ਦੀ ਫਿਕਰ ਹੈ ਅਕਾਲੀ ਆਪਣੀ ਉਹ ਵਾਲੀ ਚਾਲ ਗਵਾ ਚੁੱਕਾ ਹੈ ਜਿਹੜੀ ਚਾਲ ਇਹਨੂੰ ਤੁਰਨਾ ਚਾਹੀਦਾ ਹੈ ਅਸੀਂ ਇਸ ਕਰਕੇ ਇਹਨਾਂ ਤੋਂ ਲੰਬੇ ਹੋ ਰਹੇ ਆ ਪਰ ਹੌਲੀ-ਹੌਲੀ ਕਰਕੇ ਅਗਲੇ ਨੇ ਕੰਮ ਕੀਤਾ ਉਹਨਾਂ ਨੇ ਇਹਨਾਂ ਨੂੰ ਦੁਬਾਰਾ ਘਰ ਵਾਪਸੀਆਂ ਕਰਵਾਤੀਆਂ ਜਿਹੜੇ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਪਹਿਲਾਂ ਆਪਾਂ ਉਹਨੂੰ ਪੂਰੀ ਕਰ ਲੈਨੇ ਆ ਹੁਣ ਭਾਜਪਾ ਨੇ ਚਲੋ ਸੋਚਿਆ ਵੀ ਇਹਨਾਂ ਨਾਲੋਂ ਇਸ ਦਰਖਤ ਦੇ ਨਾਲੋਂ ਹੁਣ ਪੱਤੇ ਇੱਧਰ-ਉੱਧਰ ਸੱਜੇ-ਖੱਬੇ ਡਿੱਗ ਰਹੇ ਆ ਟਾਹਣੀਆਂ ਇੱਧਰ-ਉੱਧਰ ਡਿੱਗ ਰਹੀਆਂ ਨੇ ਉਹ ਟਾਹਣੀਆਂ ਜਿੱਦਾਂ ਕਦੇ ਵੀ ਨਾ ਬਰਸਾਤ ਵਰਸੂਦ ਦੇ ਜਦੋਂ ਦਿਨ ਹੁੰਦੇ ਆ ਕੁਛ ਬੂਟੇ ਇਦਾਂ ਦੇ ਹੁੰਦੇ ਆ ਉਹ ਟਾਣੀ ਨੂੰ ਭਾਵੇਂ ਤੁਸੀਂ ਨਾ ਜ਼ਮੀਨ ਦੇ ਵਿੱਚ ਗੱਡ ਦਿਓ ਟਾਣੀ ਵੀ ਹਰੀ ਹੋ ਜਾਂਦੀ ਤੇ ਦੁਬਾਰ ਹੁਣ ਬੀਜੇਪੀ ਵਾਲਿਆਂ ਨੇ ਕੋਸ਼ਿਸ਼ ਕੀਤੀ ਵੀ ਜਿਹੜੀਆਂ ਟਾਲੀਆਂ ਟੁੱਟੀਆਂ ਨੇ ਦੁਬਾਰਾ ਬਾਦਲਕਿਆਂ ਦੇ ਬਦਲ ਦੇ ਰੂਪ ਦੇ ਵਿੱਚ ਕਿਤੇ ਉਹ ਸਥਾਪਿਤ ਹੋ ਜਾਣ ਪਰ ਇਦਾਂ ਹੋ ਨਹੀਂ ਪਾਈ ਉਹ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਆਪਣਾ ਆਧਾਰ ਕਾਇਮ ਨਹੀਂ ਕਰ ਪਾਏ ਉਹਨਾਂ ਵਿੱਚੋਂ ਇੱਕ ਆਗੂ ਜਿਨ੍ਹਾਂ ਦਾ ਬੜਾ ਨਾਮ ਭਾਈ ਸੁਖਦੇਵ ਸਿੰਘ ਢੀਂਡਸਾ ਹੁਣ ਜਦੋਂ ਸੁਖਦੇਵ ਸਿੰਘ ਢੀਂਡਸਾ ਜੀ ਦਾ ਨਾਮ ਜ਼ਿਕਰ ਆਉਂਦਾ ਹੈਗਾ ਆਪਾਂ ਸਾਰੇ ਜਾਣੇ ਸਮਝ ਸਕਦੇ ਆ ਸੁਖ ਸੁਖਦੇਵ ਸਿੰਘ ਢੀਂਡਸਾ ਜੀ ਕਿਨਾਂ ਦੇ ਇਹਨਾਂ ਨਾਲੋਂ ਲਾਂਬੇ ਹੋ ਕੇ ਕਾਲੀਆਂ ਨਾਲੋਂ ਲਾਂਬੇ ਹੋ ਕੇ ਕਿਨਾਂ ਦੇ ਨਾਲ ਕਿਨਾਂ ਦੇ ਲਾਗੇ ਰਹੇ ਪਤਾ ਜੀ ਤੁਹਾਨੂੰ ਜਿਨ੍ਹਾਂ ਦੇ ਲਾਗੇ ਰਹੇ ਉਹਨਾਂ ਦੇ ਨਾਲ ਹੁਣ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਦੀ ਚਰਚਾ ਹੋ ਰਹੀ ਹੈ ਜਿਹਦੇ ਬਾਰੇ ਅਮਿਤ ਸ਼ਾਹ ਹੁਣਾ ਦਾ ਕਹਿਣਾ ਹੈ ਕਿ ਆਉਂਦੇ 2 ਦਿਨਾਂ ਦੇ ਵਿੱਚ ਵਿੱਚ ਆਪਾਂ ਆਪਣੀ ਸਥਿਤੀ ਨੂੰ ਸਪਸ਼ਟ ਕਰ ਦੇਵਾਂਗੇ ਆਪਾਂ ਗੱਲ ਕਰ ਰਹੇ ਹਾਂ ਪੰਥਕ ਪੇੜ ਦੀ ਪੰਥਕ ਤਰਾਂ ਦੀ ਪੰਥਕ ਸਿਆਸਤ ਦੀ ਵੀ ਇਹ ਸਾਰੇ ਕਾਸੇ ਦੇ ਦਰਮਿਆਨ ਪੰਥਕ ਸਿਆਸਤ ਕਿੱਥੇ ਖੜਦੀ ਹੈ ਹੁਣ ਸੁਖਬੀਰ ਬਾਦਲ ਹੋਰਾਂ ਨੇ ਹਸਾਬ ਜਾਂ ਲਾਇਆ ਅਗਲੇ ਨੇ ਵੀ ਹਸਾਬ ਲਾਇਆ ਭਾਜਪਾ ਵਾਲਿਆਂ ਨੇ ਵੀ ਸਾਨੂੰ ਇਹਨਾਂ ਦੀ ਜ਼ਰੂਰਤ ਹੈ ਬਾਦਲ ਕਿਉਂ ਤੋਂ ਟੁੱਟੇ ਹੋਏ ਸਿਆਸਤਦਾਨ ਆਪਣਾ ਆਧਾਰ ਇੱਥੇ ਕਾਇਮ ਨਹੀਂ ਕਰ पाए ਪੰਜਾਬੀਆਂ ਨੂੰ ਉਹਨਾਂ ਨੂੰ ਉਨੀ ਥਾਂ ਨਹੀਂ ਦਿੱਤੀ ਜਿੰਨੀ ਥਾਂ ਜੇ ਉਹ ਦਿੰਦੇ ਪੰਜਾਬੀ ਤਾਂ ਫਿਰ ਆਪਾਂ ਇਸ ਇਹ ਟਾਣੀ ਨੂੰ ਚੰਗੀ ਤਰ੍ਹਾਂ ਹੋਰ ਪਾਣੀ ਤੇ ਖਾਦ ਪਾ ਕੇ ਪਾਲ ਲੈਨੇ ਪਰ ਇਦਾਂ ਹੋਇਆ ਨਹੀਂ ਸਕੀਮ ਲਾਈ ਗਈ ਅੰਦਰ ਖਾਤੇ ਜੋ ਵੀ ਹੋਇਆ ਜਿਹੜੇ ਕਰੀਬੀ ਹੈਗੇ ਆ ਉਹ ਬੜੇ ਵਧੀਆ ਤਰੀਕੇ ਨਾਲ ਜਾਣਦੇ ਆ ਕਿੱਦਾਂ ਸਕੀਮ ਲਾਈ ਗਈ ਹੁਣ ਪਹਿਲਾਂ ਤਾਂ ਨਾਰਾਜ਼ ਇਸ ਗੱਲ ਤੋਂ ਸੀਗੇ ਕਿ ਅਸੀਂ ਸੀਨੀਅਰ ਹਾਂ ਸੁਖਬੀਰ ਬਾਦਲ ਹੁਣੋਂ ਅਸਤੀਫਾ ਦੇਣਾ ਚਾਹੀਦਾ ਹੈ ਪਰ ਸੁਖਬੀਰ ਬਾਦਲ ਹੋਰੀ ਅਸਤੀਫਾ ਪਾਰਟੀ ਦੇ ਪ੍ਰਧਾਨ ਤੋਂ ਪ੍ਰਧਾਨਗੀ ਤੋਂ ਨਹੀਂ ਦਿੰਦੇ ਉਸ ਤੋਂ ਬਾਅਦ ਫਿਰ ਅਗਲੀ ਸਕੀਮ ਇਹ ਲੱਗਦੀ ਹੈ ਵੀ ਤੁਸੀਂ ਸੌਰੀ ਫੀਲ ਕਰ ਲਓ ਉਹਨਾਂ ਨੇ ਆਪਣੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਭੋਗ ਦੇ ਉੱਪਰ ਵੀ ਸੌਰੀ ਆਖੀ ਔਰ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਗਲਿਆਰੇ ਦੇ ਅੰਦਰ ਉੱਥੇ ਜਾ ਕੇ ਵੀ ਉਹਨਾਂ ਨੇ ਸੌਰੀ ਆਖਿਆ ਹਾਲਾਂਕਿ ਪੰਥਕ ਧਿਰਾਂ ਨੇ ਇਹ ਵੀ ਗੱਲ ਆਖੀ ਕਿ ਤੁਹਾਨੂੰ ਉੱਥੇ ਜਾ ਕੇ ਜਿਸ ਤਰੀਕੇ ਨਾਲ ਸੌਰੀ ਕਹਿ ਰਹੇ ਹੋ ਤੁਸੀਂ ਤੇ ਉਸ ਗਲਿਆਰੇ ਦੇ ਅੰਦਰ ਦੀ ਜਿਹੜੀ ਮਰਿਆਦਾ ਆ ਉਹਦੀ ਵੀ ਉਲੰਘਣਾ ਕੀਤੀ ਆ ਤੁਸੀਂ ਉੱਥੇ ਇੱਕ ਤਰ੍ਹਾਂ ਆਪਣੀ ਰੈਲੀ ਹੀ ਕੀਤੀ ਹੈਗੀ ਆ ਤੁਸੀਂ ਏਦੂ ਵੱਧ ਹੋਰ ਕੁਝ ਵੀ ਨਹੀਂ ਕੀਤਾ ਹੈਗਾ ਆਪਣੇ ਆਪ ਨੂੰ ਆਪੇ ਸੌਰੀ ਸੌਰੀ ਕਹਿ ਲੈਣਾ ਆਪੇ ਮੱਜ ਦਾ ਹੋ ਕਹਿੰਦੇ ਹੁੰਦੇ ਘਹਾਵਤਾ ਜੀ ਅਰਜੀ ਪੁੱਜੀ ਤੇ ਆਪੇ ਮੇਰੇ ਨਿਆਲੇ ਨੇ ਉਹਨਾਂ ਜੀਣ ਅਹੀ ਦਾ ਕਰਕੇ ਘਹਾਵਤਾ ਐਦਾਂ ਪੰਥ ਨੇ ਇਹਨਾਂ ਨੂੰ ਨਹੀਂ ਹੋਰੇ ਮਾਰੇ ਪਰ ਖੈਰ ਆ ਜਾ ਕੇ ਜੋ ਵੀ ਹੈ ਉਸ ਤੋਂ ਬਾਅਦ ਫਿਰ ਅੰਦਰ ਖਾਤੇ ਸਕੀਮਾਂ ਲੱਗੀਆਂ ਪਿੱਛੋਂ ਤੁਸੀਂ ਅਹੀਨਾ ਕ ਮੰਨ ਲਿਆ ਫਿਰ ਘਰ ਵਾਪਸੀਆਂ ਦੀ ਸ਼ੁਰੂਆਤ ਹੁੰਦੀ ਹੈ ਪਹਿਲਾ ਦਿੱਲੀ ਦੇ ਵਿੱਚ ਮਨਜੀਤ ਸਿੰਘ ਜੀ ਕੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾਂਦਾ ਸੁਖਵੀਰ ਬਾਦਲ ਸਾਹਿਬ ਕਹਿੰਦੇ ਕਿ ਘਰ ਵਾਪਸੀ ਹੋ ਗਈ ਹੈ ਜਿਹੜੇ ਬਾਕੀ ਬਿਰੋਸ ਰੋਸ ਰੋਸ ਕੇ ਗਏ ਆ ਆਪਾਂ ਉਹਨਾਂ ਸਾਰਿਆਂ ਨੂੰ ਆਪਣੇ ਘਰ 'ਚ ਵਾਪਸ ਲੈ ਆਉਣਾ ਹੈ ਹਾਂ ਅੱਛਾ ਆਪਾਂ ਥੋੜੇ ਦਿਨ ਪਹਿਲਾਂ ਵੀ ਗੱਲ ਕੀਤੀ ਸੀਗੀ ਜਿਹੜੇ ਰੋਸ ਰੋਸ ਕੇ ਜਾਂਦੇ ਆ ਨਾ ਜੀ ਜਦੋਂ ਉਸ ਵੇਲੇ ਕਹਿੰਦੇ ਜੀ ਬਹੁਤ ਬੁਰੇ ਹਾਲ ਆ ਇਹਨਾਂ ਦੇ ਅਸੀਂ ਤੇ ਕਾਫੀ ਲੰਮਾ ਸਮਾਂ ਵਿੱਚ ਰਹਿ ਕੇ ਸਮਝਾਉਂਦੇ ਰਹੇ ਆ ਇਹ ਮੰਨਦੇ ਨਹੀਂ ਹੈਗੇ ਯਾਰ ਇਹ ਸਿੱਧੇ ਰਾਹ ਤੇ ਨਹੀਂ ਆਉਂਦੇ ਹੈਗੇ ਅਸੀਂ ਇਸ ਕਰਕੇ ਲੰਬੇ ਹੋ ਗਏ ਆ ਅੱਛਾ ਜਦੋਂ ਦੁਬਾਰਾ ਫੇਰ ਸ਼ਾਮਲ ਹੁੰਦੇ ਆ ਉਸ ਵੇਲੇ ਲੋਕ ਸਵਾਲ ਕਰਦੇ ਆ ਉਹਨਾਂ ਨੂੰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਲੋਕ ਤੁਹਾਨੂੰ ਸਵਾਲ ਕਰਦੇ ਆ ਵੀ ਕੀ ਹੁਣ ਉਹ ਦੁੱਧ ਤੋਤੇ ਹੋ ਗਏ ਆ ਹਾਲਾਂਕਿ ਆਪਾਂ ਲਗਾਤਾਰ ਮੈਂ ਗੱਲ ਕੱਲ ਵੀ ਕੀਤੀ ਸੀਗੀ ਆ ਦੋ ਕੁ ਦਿਨ ਪਹਿਲਾਂ ਵੀ ਗੱਲਬਾਤ ਕੀਤੀ ਸੀਗੀ ਜਦੋਂ ਬੀਬੀ ਜ਼ਗੀਰ ਕੌਰ ਹੋਰਾਂ ਦੀ ਘਰ ਵਾਪਸੀ ਹੋਈ ਆ ਉਹ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਮੈਨੂੰ ਸੁਖਬੀਰ ਬਾਦਲ ਹੋਰਾਂ ਦੀਆਂ ਅੱਖਾਂ ਦੇ ਵਿੱਚੋਂ ਸਿੱਖ ਕੌਮ ਦਾ ਸੁਨਹਿਰੀ ਭਵਿੱਖ ਨਜ਼ਰ ਆਉਂਦਾ ਉਸ ਤੋਂ ਬਾਅਦ ਜਦੋਂ ਛੱਡ ਕੇ ਗਏ ਆ ਫੇਰ ਉਹ ਜਿਹੜਾ ਭਵਿੱਖ ਹੈਗਾ ਧੁੰਦਲਾ ਨਜ਼ਰ ਆਉਣ ਲੱਗ ਪੈਂਦਾ ਹੁਣ ਫੇਰ ਅੱਜ ਕੱਲ ਸੁਨਹਿਰੀ ਨਜ਼ਰ ਆਉਣ ਲੱਗ ਪਿਆ ਆ ਤਾਂ ਦਸੋ ਕੁਬੀਰ ਬਾਦਲ ਹੁਣੀ ਐਨ ਖਿੜੇ ਹੋਏ ਆ ਕਹਿੰਦੇ ਕਿ ਬੀਬੀ ਜੀ ਵੀ ਆ ਗਏ ਨੇ ਸਾਡੀ ਪਾਰਟੀ ਨੂੰ ਮਜ਼ਬੂਤੀ ਮਿਲ ਗਈ ਹੈ ਮੈਂ ਇਹ ਸਾਰੀਆਂ ਗੱਲਾਂ ਕਰਕੇ ਇਹ ਦੱਸਣਾ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਦੁਬਾਰਾ ਪੰਜਾਬ ਦੇ ਵਿੱਚ ਆਪਣਾ ਆਧਾਰ ਬਣਾਉਣ ਦਾ ਉਹਨਾਂ ਵੱਲੋਂ ਯਤਨ ਕੀਤਾ ਗਿਆ ਇਹ ਹੋਮਵਰਕ ਹੁੰਦਾ ਜੀ ਹੋਮਵਰਕ ਕਰਕੇ ਭਾਜਪਾ ਨੂੰ ਦਿਖਾਇਆ ਜਾ ਰਿਹਾ ਨਾਲ ਇੱਕ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਪੰਜਾਬ ਦੇ ਲੋਕ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੱਡੀ ਗਿਣਤੀ ਵਿੱਚ ਤੁਸੀਂ ਵੀ ਜਾ ਕੇ ਉਹਦੇ ਵਿੱਚ ਸ਼ਮੂਲੀਅਤ ਕਰਦੇ ਹੋ ਸ਼ਾਮਲ ਹੁੰਦੇ ਹੋ ਮੈਨੂੰ ਨਹੀਂ ਪਤਾ ਹੈਗਾ ਮੈਂ ਕਿਸੇ ਦੇ ਉੱਪਰ ਇਲਜ਼ਾਮ ਨਹੀਂ ਲਾਉਣਾ ਹੈਗਾ ਕਿ ਕੋਈ ਪੈਸੇ ਲੈ ਕੇ ਗਿਆ ਕੋਈ ਸ਼ਰਾਬ ਦੀ ਬੋਤਲ ਦੇ ਚੱਕਰ ਵਿੱਚ ਗਿਆ ਜਾਂ ਕੋਈ ਪੰਥ ਦਾ ਦਰਦ ਲੈ ਕੇ ਗਿਆ ਜਾਂ ਕੋਈ ਪਾਰਟੀ ਦਾ ਦਰਦ ਲੈ ਕੇ ਗਿਆ ਜਾਂ ਕੋਈ ਕਾਂਗਰਸ ਜਾਂ ਇਸ ਵੇਲੇ ਜਿਹੜੀ ਸੱਤਾ ਧਰਵਾ ਉਹ ਤੋਂ ਦੁਖੀ ਹੋ ਕੇ ਇਹਨਾਂ ਦੇ ਕੱਠ 'ਚ ਸ਼ਾਮਲ ਹੁੰਦਾ ਮੈਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਦਾ ਹੈਗਾ ਪਰ ਮੈਂ ਇੰਨੀ ਗੱਲ ਜ਼ਰੂਰ ਕਰਦਾ ਜਿਨ੍ਹਾਂ ਤੋਂ ਤੁਸੀਂ ਅੱਕੇ ਹੋਏ ਹੁੰਨੇ ਹੋ ਕੋਈ ਤੀਜੀ ਧਿਰ ਚੁਣਦੇ ਹੋ ਕਦੀ ਦੂਜੀ ਚੁਣਦੇ ਹੋ ਉਹਨਾਂ ਦੇ ਨਾਲ ਹੀ ਫਿਰ ਜਾ ਜਾ ਕੇ ਤੁਸੀਂ ਵੱਡੇ ਇਕੱਠ ਕਰਕੇ ਅਗਲੇ ਨੇ ਉਹ ਇਕੱਠ ਕਰਕੇ ਭਾਜਪੀ ਨੂੰ ਦਿਖਾਤਾ ਸੁਖੇ ਭਾਜੀ ਹੋਣਾ ਨੇ ਸੁਖਬੀਰ ਬਾਦਲ ਹੋਣਾ ਨੇ ਭਾਜਪੀ ਨੂੰ ਦਿਖਾਤਾ ਕਿ ਆ ਦੇਖੋ ਆ ਪੰਜਾਬ ਬਚਾਓ ਯਾਤਰਾ ਕਰ ਰਹੇ ਆ ਐਡਾ ਵੱਡਾ ਇਕੱਠ ਸਾਡੇ ਨਾਲ ਹੈਗਾ ਹੁਣ ਪੰਥਕ ਸਿਆਸਤ ਦੀ ਗੱਲ ਕਰਕੇ ਆਪਾਂ ਸਮਾਪਤੀ ਵੱਲ ਨੂੰ ਵਧਦੇ ਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਭਾਈ ਅਮਰਤਪਾਲ ਸਿੰਘ ਹੋਰਾਨੂ ਲੈ ਕੇ ਮੋਰਚਾ ਲੱਗਾ ਹੋਇਆ ਆਪਾਂ ਸਾਰੇ ਜਾਣਦੇ ਆ ਉਸ ਮੋਰਚੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਹੋਰਾਨੂ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਸ਼ਿਫਟ ਕਰਵਾਉਣ ਦੇ ਵਾਸਤੇ ਵੱਖ-ਵੱਖ ਆਗੂ ਸ਼ਿਰਕਤ ਕਰਦੇ ਨੇ ਉੱਥੇ ਜਾ ਕੇ ਸਪੀਚਾਂ ਵੀ ਕਰਦੇ ਆ ਪਰ ਜਿਹੜੀ ਸਾਡੀ ਤਰਾਸਦੀ ਆ ਨਾ ਜੀ ਤੁਸੀਂ ਵੇਖੋ ਭਾਈ ਅਮਰਤਪਾਲ ਸਿੰਘ ਜਿੰਨਾ ਚਿਰ ਸਾਹਮਣੇ ਨਹੀਂ ਆਉਂਦੇ ਹੈਗੇ ਉਹਨਾਂ ਚਿਰ ਮੈਂ ਸਮਝਦਾ ਕਿ ਸਾਨੂੰ ਟਿਕਾ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਜਦੋਂ ਬੰਦਾ ਜੇਲ੍ਹ 'ਚ ਹੁੰਦਾ ਨਾ ਤੇ ਜ਼ਰੂਰੀ ਨਹੀਂ ਹੈਗਾ ਕਿ ਬਾਹਰਲੇ ਹਾਲਾਤ ਚੰਗੀ ਤਰ੍ਹਾਂ ਦੱਸੇ ਜਾ ਰਹੇ ਹੋਣ ਜਾਂ ਅੰਦਰੋਂ ਜਿਹੜਾ ਸੁਨੇਹਾ ਆ ਰਿਹਾ ਹੈਗਾ ਜਿੰਨਾ ਚਿਰ ਬੰਦਾ ਆਜ਼ਾਦ ਨਹੀਂ ਨਾ ਹੈਗਾ ਉਨਾ ਚਿਰ ਕਿਹਾ ਨਹੀਂ ਜਾ ਸਕਦਾ ਹੈਗਾ ਕਿ ਉਹ ਉਹਦੇ ਸੁਨੇਹੇ ਦੇ ਉੱਤੇ ਜਾਂ ਉਹਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੀ ਕੋਈ ਕੰਮ ਹੋ ਰਿਹਾ ਜਾਂ ਆਪ ਦੀ ਮਰਜ਼ੀ ਨਾਲ ਹੀ ਬਾਹਰ ਹੋ ਰਿਹਾ ਲੇਕਿਨ ਬਾਹਰ ਜੋ ਹੋ ਰਿਹਾ ਨਾ ਜੀ ਉਹ ਉਸ ਨੂੰ ਵੀ ਇੱਕ ਤਰੀਕੇ ਦੇ ਨਾਲ ਸੁਖਬੀਰ ਬਾਦਲੈਂਡ ਪਾਰਟੀ ਨੇ ਬੀਜੇਪੀ ਦੇ ਮੂਰੇ ਹੋਮਵਰਕ ਦੇ ਵਜੋਂ ਹੀ ਪੇਸ਼ ਕੀਤਾ ਆ ਕਿੱਦਾਂ ਪੜਾ ਤੁਸੀਂ ਵੇਖੋ ਜਿੱਦਣ ਉੱਥੇ ਇਕੱਠ ਹੋਇਆ ਉਸ ਇਕੱਠ ਦੇ ਵਿੱਚ ਇਕੱਠ ਹੋਣ ਤੋਂ ਵੱਡੇ ਇਕੱਠ ਤੋਂ ਪਹਿਲਾਂ ਵੱਡੇ ਕੱਟ ਤੋਂ ਪਹਿਲਾਂ ਉੱਥੇ ਅਕਾਲੀ ਆਗੂ ਵੀ ਸ਼ਿਰਕਤ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵਿੱਚ ਸ਼ਮੂਲੀਅਤ ਕਰਦੀ ਹੋਈ ਤੁਹਾਨੂੰ ਨਜ਼ਰ ਆਉਂਦੀ ਹੈ ਜਥੇਦਾਰ ਰੁਗਵੀਰ ਸਿੰਘ ਜੀ ਜਿਹੜੇ ਇਹਨਾਂ ਵੱਲੋਂ ਚੁਣੇ ਹੋਏ ਜਥੇਦਾਰ ਉਹ ਵੀ ਸ਼ਿਰਕਤ ਕਰਦੇ ਨੇ ਸ਼ਿਰਕਤ ਦਾ ਭਾਵ ਇਹ ਨਹੀਂ ਕਿ ਉੱਥੇ ਜਾ ਕੇ ਸ਼ਿਰਕਤ ਦਾ ਭਾਵ ਇਹ ਵੀ ਹੁੰਦਾ ਹੈ ਕਿ ਉਹ ਉਸ ਸੰਬੰਧ ਵਿੱਚ ਚਾਰ ਲਾਈਨਾਂ ਹੀ ਚਾਹੇ ਮੂੰਹੋਂ ਬੋਲਦੇ ਨੇ ਮਾੜਾ ਮੋਟਾ ਹਰ ਕੋਈ ਉਹ ਉਹ ਕਰਦਾ ਹੈਗਾ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿੰਨਾ ਕ ਵੀ ਉਹ ਕਰਦੇ ਹੈਗੇ ਆ ਇੰਨਾ ਕੁ ਕੀਤਾ ਹੋਇਆ ਬੀਜੇਪੀ ਨੂੰ ਦਿਖਾਉਣ ਦੇ ਲਈ ਇਹਨਾਂ ਦੇ ਕੋਲ ਕਾਫੀ ਹੈ। ਕਿਹਾ ਤੁਸੀਂ ਦੇਖੋ ਅਮਰitsar ਦੇ ਵਿੱਚ ਮਾਹੌਲ ਕਿਦਾਂ ਦਾ ਬਣਿਆ ਹੋਇਆ। ਉਸ ਇਕੱਠ ਦੇ ਵਿੱਚ ਵੱਡੇ ਇਕੱਠ ਦੇ ਵਿੱਚ ਤੁਸੀਂ ਪੰਥਕ ਆਗੂਆਂ ਦੇ ਨਾਲ ਗੱਲ ਕਰਕੇ ਵੇਖੋ। ਬੀਜੇਪੀ ਖਾਸ ਕਰਕੇ ਅਕਾਲੀਆਂ ਦੇ ਖਿਲਾਫ ਇੱਕ ਵੀ ਲਫ਼ਜ਼ ਉਸ ਤਰੀਕੇ ਦੇ ਨਾਲ ਨਹੀਂ ਬੋਲਿਆ ਗਿਆ। ਇਹ ਇੱਕ ਬੜੀ ਵੱਡੀ ਗੱਲ ਵਾ। ਵਾਹਿਗੁਰੂ ਜਣਾ ਇਹਦੇ ਪਿੱਛੇ ਖੇਡ ਕੀ ਹੈਗੀ ਆ। ਭਾਈ ਅਮਰਤਪਾਲ ਸਿੰਘ ਸਤਿਕਾਰਯੋਗ ਨੌਜਵਾਨ ਜੇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਿਚਰਦੇ ਰਹੇ ਜਿੰਨੀ ਦੂਰ ਦ੍ਰਿਸ਼ਟੀ ਦੇ ਨਾਲ ਉਹ ਖਾਲਸਾ ਰਾਜ ਦੀ ਗੱਲਬਾਤ ਵੀ ਕਰਦੇ ਰਹੇ ਐਦਾਂ ਦੇ ਹਾਲਾਤਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਹਰਾਂ ਦੇ ਸਬੰਧ ਵਿੱਚ ਲੱਗੀ ਹੋਈ ਸਟੇਜ ਦੇ ਉੱਪਰ ਇਹਨਾਂ ਦੇ ਬਾਬਤ ਇੱਕ ਵੀ ਗੱਲ ਉਸ ਤਰੀਕੇ ਦੇ ਨਾਲ ਨਾ ਹੋਣੀ ਵੀ ਇਹਨਾਂ ਨੇ ਬਹੁਤ ਕਾਣ ਕੀਤਾ ਹੈਗਾ ਤੇ ਪੰਥਕ ਧਿਰਾਂ ਨੂੰ ਉਸ ਤਰੀਕੇ ਦੇ ਨਾਲ ਉੱਥੇ ਥਾਂ ਨਾ ਮਿਲਣੀ ਮੇਰੀ ਗੱਲ ਨੂੰ ਸ਼ਾਇਦ ਮੈਂ ਸਮਝਾ ਚੰਗੀ ਤਰ੍ਹਾਂ ਪਾ ਰਿਹਾ ਹੋਵਾਂ ਜਾਂ ਨਾ ਪਾ ਰਿਹਾ ਹੋਵਾਂ ਤੇ ਮੈਨੂੰ ਲੱਗਦਾ ਕਿ ਮੈਂ ਕੋਈ ਬਹੁਤ ਜ਼ਿਆਦਾ ਸਿਆਣਾ ਜਾਂ ਸਮਝਦਾਰ ਜਾਂ ਬਹੁਤ ਜ਼ਿਆਦਾ ਕੋਈ ਪੜਿਆ ਲਿਖਿਆ ਨਹੀਂ ਹੈਗਾ ਪਰ ਜਿਹੜੀ ਗੱਲ ਮੈਂ ਸਮਝਾਉਣੀ ਚਾਹੁੰਦਾ ਹੈਗਾ ਉਹ ਸ਼ਾਇਦ ਮੈਂ ਸਮਝਾ ਪਾ ਰਿਹਾ ਹੂੰਗਾ ਤੇ ਮੈਂ ਬੇਨਤੀ ਕਰਾਂ ਤੁਸੀਂ ਜ਼ਰੂਰ ਮੇਰੀ ਗੱਲ ਨੂੰ ਸਮਝ ਲਓ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਉਹ ਭਾਈ ਅਮਰਤਪਾਲ ਸਿੰਘ ਜੀ ਨੂੰ ਲੈ ਕੇ ਸੰਘਰਸ਼ ਕੀਤਾ ਵੀ ਜਾ ਰਿਹਾ ਹੈ ਨਾ ਜਿਹੜਾ ਉੱਥੇ ਵੱਡਾ ਕੱਠ ਵੀ ਹੋਇਆ ਸੀਗਾ ਉਹ ਕੱਠ ਪੰਥਕ ਤੇਰਾ ਬਾਦਲ ਐਂਡ ਪਾਰਟੀ ਤੋਂ ਇਲਾਵਾ ਜਿਹੜੀਆਂ ਹੋਰ ਪੰਥਕ ਤੇ ਰਾਆਂ ਸਿੱਧਾ ਸਿੱਧਾ ਜੇ ਤਾਂ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਤੁਸੀਂ ਦੇਖੋ ਦਲ ਖਾਲਸਾ ਨਾਂ ਦੀ ਜਥੇਬੰਦੀ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਰਾਜ ਦੀ ਗੱਲ ਕਰਦੇ ਸੀਗੇ ਨਾ ਜੀ ਉਹਦੋਂ ਥੱਲੇ ਦੀ ਤਾਂ ਗੱਲ ਕਰਦੇ ਹੀ ਨਹੀਂ ਸੀਗੇ ਉਹ ਦਲ ਖਾਲਸਾ ਖਾਲਸਾ ਰਾਜ ਤੋਂ ਥੱਲੇ ਗੱਲ ਹੀ ਨਹੀਂ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਤੋਂ ਬਿਨਾਂ ਥੱਲੇ ਗੱਲ ਹੀ ਨਹੀਂ ਕਰਦੇ ਹੈਗੇ ਉਹ ਤੋਂ ਉਹ ਤੋਂ ਇਲਾਵਾ ਹੋਰ ਵੱਖ-ਵੱਖ ਜਥੇਬੰਦੀਆਂ ਅਤੇ ਵੱਖ-ਵੱਖ ਸ਼ਕਤੀਆਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਉੱਥੇ ਉੱਭਰਨ ਦਾ ਮੌਕਾ ਜਿਹੜਾ ਨਾ ਮਿਲਣਾ ਉਸ ਤੋਂ ਬਾਅਦ ਫਿਰ ਅਗਲੀ ਗੱਲ ਜਿਹੜੀ ਉੱਥੇ ਹੋਈ ਐ ਮੈਂ ਬੇਨਤੀ ਕਰਾਂ ਸਤਕਾਰਯੋਗ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਦੇਖੋ ਜੇਲ੍ਹ ਦੇ ਵਿੱਚ ਰਹਿ ਜਾ ਕੇ ਰਹਿਣਾ ਬੜਾ ਔਖਾ ਹੁੰਦਾ ਗੱਲਾਂ ਕਰਨੀਆਂ ਢੇਰ ਸੁੱਕਲੀਆਂ ਸੋਚ ਕੇ ਵੇਖੋ ਜਿਹਨਾਂ ਨੇ 32 32 34 34 ਵਰੇ ਜਿਨ੍ਹਾਂ ਨੇ ਜ਼ਿੰਦਗੀਆਂ ਆਪਣੀਆਂ ਜਵਾਨੀਆਂ ਜਿਨ੍ਹਾਂ ਨੇ ਚਾਰ ਦਿਵਾਰੀਆਂ ਦੇ ਅੰਦਰ ਬਿਤਾਤੀਆਂ ਉਹਨਾਂ ਨੂੰ ਪੁੱਛਿਆ ਜਾਣੀਏ ਕਿ ਜੇਲ੍ਹ ਕੀ ਹੁੰਦੀ ਐ ਤੇ 11 ਮਹੀਨੇ ਤਾਂ ਉਸ ਮੁਕਾਬਲੇ ਤੇ ਕਾਫੀ ਥੋੜੇ ਆ ਭਾਵੇਂ ਭਾਵੇਂ ਕਾਫੀ ਥੋੜੇ ਆ ਪਰ ਬੇਨਤੀ ਕਰਾਂ ਜੇ ਕਿਸੇ ਸਧਾਰਨ ਬੰਦੇ ਨੂੰ 2 ਦਿਨ ਵਾਸਤੇ ਵੀ ਜੇਲ੍ਹ ਦੇ ਅੰਦਰ ਜਾਣਾ ਪੈ ਜਵੇ ਨਾ ਉਹਨੂੰ ਪਤਾ ਹੁੰਦਾ ਇਸ ਗੱਲ ਦਾ ਕਿ 11 ਮਹੀਨੇ ਵੀ ਬੜੇ ਹੁੰਦੇ ਆ ਧਿਆਨ ਦੇਣਾ ਜਰਾ ਜੇ ਕਿਸੇ ਬੰਦੇ ਨੂੰ ਨਾ ਨਵੇਂ ਬੰਦੇ ਨੂੰ 2 ਦਿਨ ਵੀ ਜੇਲ੍ਹ ਦੇ ਵਿੱਚ ਜਾ ਕੇ ਰਹਿਣ ਦਾ ਕਿਤੇ ਸਬਬਜਾ ਬਣ ਜਾਵੇ ਪਤਾ ਵੀ ਹੋਵੇ ਕਿ ਹਫਤੇ ਤੋਂ ਬਾਅਦ ਜ਼ਮਾਨਤ ਹੋ ਜਣੀ ਆ ਕੇਸ ਛੋਟਾ ਹੀ ਆ ਤਦ ਵੀ ਅੰਦਰ ਤੋਖੜਾ ਇਹੀ ਲੱਗਾ ਰਹਿੰਦਾ ਕਿ ਅੰਦਰ ਤੇ ਕਈ 8-8 ਸਾਲ ਤੋਂ ਬੈਠੇ ਹੋਇਆ ਮੈਂ ਖਰੇ ਹੁਣ ਬਾਹਰ ਹੀ ਨਹੀਂ ਜਾਣਾ ਹੈਗਾ ਉਸ ਹਿਸਾਬ ਦੇ ਨਾਲ 11 12 ਮਹੀਨੇ ਕੱਢਣੇ ਵੀ ਬੜੇ ਔਖੇ ਹੁੰਦੇ ਆ ਜੇਲ੍ਹ ਦੇ ਅੰਦਰ ਜਿਹੜੇ ਸਮਾਂ ਬਤਾ ਕੇ ਆਇਆ ਉਹਨਾਂ ਨੂੰ ਪੁੱਛਿਆ ਜਾਣੀ ਐ ਸਿਰ ਝੁਕਦਾ ਉਹਨਾਂ ਦੇ ਅੱਗੇ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਅੱਗੇ ਵੀ ਸਿਰ ਝੁਕਣਾ ਚਾਹੀਦਾ ਝੁਕਦਾ ਜੀ ਸਤਕਾਰ ਵਾ ਸਾਰਿਆਂ ਦੇ ਵਾਸਤੇ ਜਿਹੜੇ ਕੌਮ ਦੀ ਖਾਤਰ ਕਾਲਣਾ ਕਾਲਦੇ ਆ ਪਰ ਇਸ ਸਾਰੇ ਕਾਸੇ ਦੇ ਦਰਮਿਆਨ ਅਕਾਲੀਆਂ ਨੇ ਆਪਣਾ ਲਾਹਾ ਲੈ ਕੇ ਭਾਜਪੀ ਨੂੰ ਇਹ ਦਰਸਾਤਾ ਮੈਂ ਜੇਬ ਵਿੱਚ ਕੋਈ ਗੱਲ ੁੱਕ ਗਿਆ ਹਾਂ ਜਾਂ ਮੇਰੀ ਗੱਲ ਦਾ ਮਤਲਬ ਕੋਈ ਪੁੱਠਾ ਨਾ ਕੱਢ ਲੈਣਾ ਆਜਾ ਕਿ ਮੈਂ ਇਹ ਕਹਿਣਾ ਚਾਹਣਾ ਹੈਗਾ ਕਿ ਪੰਜਾਬ ਦੇ ਵਿੱਚ ਭਾਵੇਂ ਪੰਥਕ ਧਿਰਾਂ ਸਰਗਰਮੀਆਂ ਕਰ ਰਹੀਆਂ ਨੇ ਉਸ ਸਾਰੀ ਸਰਗਰਮੀ ਨੂੰ ਵੀ ਕੱਠ ਵਾਲੇ ਦਿਨ ਬਾਅਦ ਚ ਫੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਈ ਜਾਣਿਆਂ ਦੇ ਖਿਲਾਫ ਮੁਕਦਮਾ ਵੀ ਦਰਜ ਕੀਤਾ ਮੁਕਦਮਾ ਦਰਜ ਇਸ ਕਰਕੇ ਕੀਤਾ ਗਿਆ ਵੀ ਉੱਥੇ ਸੀਆਈਡੀ ਵਾਲੇ ਕੁਝ ਸਿਗੇ ਬੰਦੇ ਉਹਨਾਂ ਦੀ ਕਿੱਥੇ ਉੱਥੇ ਕੁੱਟਮਾਰ ਹੋ ਗਈ ਜਿੱਦਾਂ ਐਫਆਰ ਵੀ ਦਰਜ ਹੋਈ ਹੋਈ ਹੈ ਇੱਥੇ ਮੇਰੇ ਕੋਲ ਆ ਪਈ ਹੋਈ ਫੋਨ ਦੇ ਉੱਪਰ ਤੁਹਾਡੇ ਵਿੱਚੋਂ ਵੀ ਕਈਆਂ ਨੇ ਵੇਖ ਲਈ ਹੋਊਗੀ ਤੋਂ ਕਈ ਜਾਣਿਆਂ ਦੇ ਉੱਪਰ ਮੁਕਦਮਾ ਦਰਜ ਹੋ ਗਿਆ ਜਦੋਂ ਮੁਕਦਮਾ ਦਰਜ ਹੋਇਆ ਤੇ ਇਹਦਾ ਮਤਲਬ ਭਗਵੰਤ ਮਾਨ ਦੇ ਖਿਲਾਫ ਪੰਥਕ ਧਿਰਾਂ ਦੇ ਅੰਦਰ ਇੱਕ ਰੋਸ ਅਤੇ ਗੁੱਸਾ ਵੀ ਹੈਗਾ ਇੰਦਾ ਹੋ ਗਿਆ ਨਾ ਜੀ ਤੇ ਆ ਅਕਾਲੀਆਂ ਦੇ ਕੋਲ ਇੱਕ ਵੀਡੀਓ ਤਿਆਰ ਹੋ ਕੇ ਬਣ ਗਈ ਕਿ ਆਹ ਵੇਖੋ ਭਾਜਪਾ ਵਾਲਿਓ ਦਿੱਲੀ ਵਾਲਿਓ ਆਹ ਵੇਖੋ ਪੰਜਾਬ ਦੇ ਵਿੱਚ ਸਾਡੇ ਕੋਲ ਜਾਂ ਪੰਜਾਬ ਦੇ ਵਿੱਚ ਸਾਡੇ ਉਹ ਦੇਖੋ ਉਹਦੇ ਕਹਿਣ ਨੂੰ ਇੰਦਾ ਹੈਗਾ ਕਿ ਇੱਥੇ ਪੰਜਾਬ 'ਚ ਭਾਈ ਅਮਰਤਪਾਲ ਸਿੰਘ ਵੀ ਹੈਗਾ ਇਹ ਸੁਖਵੀਰ ਬਾਦਲ ਐਂਡ ਪਾਰਟੀ ਇਹ ਉਹੀ ਆ ਤੁਹਾਨੂੰ ਚੇਤੇ ਹੋਊਗਾ ਪਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਜੇਲ੍ਹ 'ਚ ਪਹੁੰਚਾਉਣ ਦੇ ਵਾਸਤੇ ਤਰਲੋ ਮੱਛੀ ਹੁੰਦੀ ਤੋਂ ਪੁਰਾਣੇ ਬਿਆਨ ਪੜ੍ਹ ਕੇ ਵੇਖ ਲਿਓ ਇਹਨਾਂ ਦੇ ਪਰ ਅੱਜ ਜਦੋਂ ਸਥਿਤੀ ਬਦਲ ਜਾਂਦੀ ਹੈ ਉਸ ਵੇਲੇ ਫਿਰ ਉਹੀ ਜਿਨ੍ਹਾਂ ਨੂੰ ਇਹ ਕਹਿੰਦੇ ਵੀ ਜੇਲ੍ਹ ਭੇਜ ਦੋ ਇਹਨਾਂ ਨੂੰ ਉਹ ਉਹ ਫਿਰ ਇਹਨਾਂ ਵਾਸਤੇ ਬੰਦੀ ਸਿੰਘ ਹੋ ਜਾਂਦੇ ਆ ਉਹਨਾਂ ਦੀਆਂ ਫਿਰ ਰਿਹਾਈਆਂ ਵੀ ਮੰਗਦੇ ਆ ਪਰ ਹੋਮਵਰਕ ਆ ਜਾ ਕੇ ਉਹਨਾਂ ਨੇ ਇਹ ਕਰਕੇ ਵਿਖਾਤਾ ਹੋਇਆ ਭਾਜਪੀ ਨੂੰ ਕਿ ਦੇਖੋ ਪੰਜਾਬ ਦੇ ਵਿੱਚ ਸਾਡੇ ਤੋਂ ਬਗੈਰ ਗਤੀ ਹੈ ਨਹੀਂ ਐ ਇਹਨਾਂ ਦੇ ਉੱਪਰ ਹੁਣ ਕਿੰਨਾ ਕੁ ਭਰੋਸਾ ਕਰ ਸਕਦੇ ਨੇ ਪੰਥਕ ਜਾਂ ਪੰਜਾਬੀ ਇਹ ਹੁਣ ਪੰਥਕ ਅਤੇ ਪੰਜਾਬੀ ਹੀ ਦੱਸ ਸਕਦੇ ਨੇ ਪਰ ਮੈਂ ਇਸ ਗੱਲ ਤੋਂ ਚਿੰਤਤ ਹਾਂ ਕਿ ਇਸ ਸਾਰੇ ਕਾਸੇ ਦੇ ਦਰਮਿਆਨ ਇੱਕ ਪੰਥਕ ਉਭਾਰ ਇੱਕ ਪੰਥਕ ਸਿਆਸਤ ਦਾ ਜਿਹੜਾ ਉਭਾਰ ਹੋਣ ਦੀ ਜ਼ਰੂਰਤ ਸੀਗੀ ਜਿਹੜਾ ਉਹ ਭਾਰ ਸਿਰਜਿਆ ਜਾ ਸਕਦਾ ਸੀਗਾ ਆ ਜਿਹੜਾ ਵੱਡਾ ਕਾਠ ਅਮਰਸਰ ਸ਼ਹਿਰ ਦੇ ਵਿੱਚ ਹੋ ਕੇ ਹਟਿਆ ਉਸ ਤੋਂ ਬਾਅਦ ਹਾਲਾਤ ਵੱਖਰੀ ਤਰ੍ਹਾਂ ਦੇ ਹੋ ਸਕਦੇ ਸੀਗੇ ਹੋ ਸਕਦੇ ਸੀਗੇ ਐਦਾਂ ਮੈਨੂੰ ਲੱਗਦਾ ਹੈਗਾ ਸ਼ਾਇਦ ਤੁਹਾਡੇ ਵਿੱਚੋਂ ਵੀ ਕਈਆਂ ਨੂੰ ਲੱਗਦਾ ਹੋਊਗਾ ਪਰ ਆ ਜਾ ਕੇ 47 ਤੋਂ ਲੈ ਕੇ ਅੱਜ ਤੱਕ ਆਪਾਂ ਤੇ ਆਹੀ ਵੇਖਦੇ ਆ ਰਹੇ ਆਂ ਪੰਥਕ ਧਿਰ ਦਾ ਕਿਤਾ ਇੱਕ ਦੇ ਉਭਾਰ ਹੁੰਦਾ ਨਜ਼ਰ ਆਉਂਦਾ ਆ ਤੇ ਸਰਕਾਰਾਂ ਵੱਖ-ਵੱਖ ਢੰਗ ਤਰੀਕਿਆਂ ਨਾਲ ਉਹਨੂੰ ਨੱਪ ਦਿੰਦੀਆਂ ਆ ਜਦੋਂ ਮੜਾ ਮੋਟਾ ਮਾਹੌਲ ਸ਼ਾਂਤ ਜਾ ਲੱਗਦਾ ਆ ਤੇ ਪੰਥਕ ਧਿਰ ਆ ਉਸ ਵੇਲੇ ਮੜਾ ਮੋਟਾ ਜੋ ਉਭਾਰ ਕਰਨ ਦਾ ਯਤਨ ਕਰਦੀਆਂ ਨੇ ਤਾਂ ਉਸ ਵੇਲੇ ਫਿਰ ਆ ਵੱਖ-ਵੱਖ ਸਿਆਸੀ ਪਾਰਟੀਆਂ ਉਸ ਸਾਰੇ ਕੱਠ ਨੂੰ ਵੀ ਕਿੱਦਾਂ ਤਰੀਕੇ ਜਿਹੇ ਦੇ ਨਾਲ ਆਪਣੇ ਖਾਤੇ ਵਿੱਚ ਪੁਗਤਾ ਲੈਂਦੇ ਹਨ ਉਦੀ ਜਿਉਂ ਦੀ ਜਗ ਦੀ ਮਿਸਾਲ ਮੈਨੂੰ ਤੇ ਨਜ਼ਰ ਆ ਰਹੀ ਹੈ ਸਾਹਮਣੇ ਬਿਲਕੁਲ ਅਕਾਲੀਆਂ ਨੇ ਹੋਮਵਰਕ ਕਰ ਲਿਆ ਮੈਨੂੰ ਲੱਗਦਾ ਕਿ ਓਨਾ ਕ ਜ਼ਿਆਦਾ ਹੋਮਵਰਕ ਉਹਨਾਂ ਦਾ ਕੀਤਾ ਹੋਇਆ ਕਾਫੀ ਹੈ ਭਾਜੀਪੀ ਇਹਨਾਂ ਦੇ ਨਾਲ ਗੱਠ ਜੋੜ ਕਰ ਲਵੇ ਇਸ ਗੱਲ ਦੇ ਲਈ ਉਹਨਾਂ ਹੋਮਵਰਕ ਕੀਤਾ ਹੋਇਆ ਕਾਫੀ ਹੈ ਐਦਾਂ ਮੈਨੂੰ ਲੱਗਦਾ ਹੈਗਾ ਸ਼ਾਇਦ ਇਸੇ ਕਰਕੇ ਹੀ ਅਮਿਤ ਸ਼ਾਹ ਹੋਰਾਂ ਨੇ ਇਹ ਗੱਲ ਆਖੀ ਹੈ ਕਿ ਉਹਦੇ 2 ਦਿਨਾਂ ਤੱਕ ਇਹਨਾਂ ਦੇ ਨਾਲ ਸਾਡਾ ਗੱਠ ਜੋੜ ਹੋਊਗਾ ਜਾਂ ਨਹੀਂ ਹੋਊਗਾ ਇਹ ਸਥਿਤੀ ਅਸੀਂ ਸਾਫ਼ ਕਰ ਦੇਵਾਂਗੇ ਹੱਥ ਬੰਨ ਕੇ ਬੇਨਤੀ ਕਰਨੀ ਚਾਹੁੰਗਾ ਇੱਕੋ ਲਾਈਨ ਦੇ ਵਿੱਚ ਸਤਿਕਾਰਯੋਗ ਉਹ ਸਾਰੇ ਹੀ ਸਿੰਘ ਭਾਈ ਅਮਰਤਪਾਲ ਸਿੰਘ ਅਤੇ ਹੋਰ ਜਿੰਨੇ ਵੀ ਜਿਨ੍ਹਾਂ ਨੇ ਲੰਬੀਆਂ ਲੰਬੀਆਂ ਜੇਲਾਂ ਕੱਟੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਜੇਲਾਂ ਦੇ ਅੰਦਰ ਬੰਦ ਨੇ ਉਹਨਾਂ ਦੀ ਖਾਤਰ ਅਤੇ ਪੰਜਾਬ ਦੇ ਵਿੱਚ ਇੱਕ ਪੰਥ ਅਤੇ ਪੰਜਾਬ ਪ੍ਰਸਤ ਸਿੱਖ ਸਿਆਸਤ ਦੇ ਉਭਾਰ ਦੇ ਲਈ ਜਿਹੜੇ ਜਿਹੜੇ ਯਤਨ ਕੀਤੇ ਜਾ ਸਕਦੇ ਨੇ ਇਹਨਾਂ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਚਾਲਾਂ ਨੂੰ ਸਮਝ ਕੇ ਉਹ ਯਤਨ ਸਿਰੇ ਚੜੇ ਜਾਣ ਤਾਂ ਜੋ ਪੰਜਾਬ ਦੇ ਵਿੱਚ ਇੱਕ ਇਦਾਂ ਦੀ ਸਿੱਖ ਸਿਆਸਤ ਦਾ ਉਭਾਰ ਹੋ ਸਕੇ ਜਿਹੜੀ ਸਿੱਖ ਸਿਆਸਤ ਪੰਜਾਬ ਪੰਥ ਦਾ ਭਲਾ ਕਰਨ ਤੋਂ ਬਾਅਦ ਫਿਰ ਸਮੁੱਚੀ ਮਾਨਵਤਾ ਦਾ ਭਲਾ ਕਰਨ ਦੇ ਸਮਰੱਥ ਹੋ ਸਕੇ ਇਦਾਂ ਦੀ ਮੈਂ ਉਮੀਦ ਕਰਦਾ ਤੇ ਇਦਾਂ ਦੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਵੀ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ